why did you do this nonsense? It is the killer that you see. I have idea who Malik Tom. ਤੁਸੀਂ ਲਿਖ ਦਿੱਤਾ ਤੁਸੀਂ ਇਹ ਕੁਝ ਲਿਖਣ ਆਉਂਦੇ ਹੋ ਇੱਥੇ ਕੈਨੇਡਾ ਚ ਤੁਸੀਂ ਆ ਜਿਹੜਾ ਲਿਖਦੇ ਹੋ ਤੁਸੀਂ ਇੱਕ ਸ਼ਾਦੀਸ਼ੁਦਾ ਬੇਟਾ ਖੁਸ਼ ਵੀ ਲਿਸਨ ਟੂ ਮੀ ਦੈਟ ਐਕਸੈਂਟ ਜਿਹੜਾ ਇੰਨੇ ਛੇਤੀ ਜਿਹੜਾ ਬਦਲਿਆ ਨਹੀਂ ਜਾਂਦਾ ਤੂੰ ਜਾਣ ਕੇ ਐਕਟਿੰਗ ਕਰ ਰਹੀ ਹੈ ਹਾਊ ਕਮ ਯੂ ਕੈਨ ਕਲੇਮ ਦੈਟ ਕਿ ਮੈਂ ਗੋਰੇ ਵਿੱਚ ਰਹਿੰਦੇ 6 ਮਹੀਨੇ ਵਿੱਚ ਮੈਂ ਪਹਿਲਾਂ ਜਿੱਥੇ ਕੰਮ ਕਰਦੀ ਸੀ ਸਟੋਰ ਤੇ ਨਾ ਉੱਥੇ ਵੀ ਮੋਸਟਲੀ ਕਾਲੀ ਹੁੰਦੇ ਸੀ ਉੱਥੇ ਪੰਜਾਬੀ ਨਹੀਂ ਸੀ ਆਉਂਦੇ ਹੈਗੇ ਸੋ ਬਟ ਅਸੀਂ 50 ਸਾਲ ਤੋਂ ਗੋਰੇ ਵਿੱਚ ਰਹਿ ਰਹੇ ਮੈਂ ਸਾਡਾ ਐਕਸੈਂਟ ਜਿਹੜਾ ਆ ਸਾਡਾ ਬਿਲਕੁਲ ਸੇਮ ਹੈ ਪੰਜਾਬੀ ਬੋਲਦੇ ਆ ਪੰਜਾਬ ਤੋਂ ਆਏ ਹਾਂ ਤੇ ਨਾਲ ਸਾਲ ਨਹੀਂ ਹੋਇਆ ਇਹਨੂੰ ਜੋ ਐਕਟਿੰਗ ਪੰਜਾਬੀ ਤਾਂ ਬੋਲਦੀ ਪਈ ਆ ਮੈਂ ਕਿਹੜਾ ਇੰਗਲਿਸ਼ ਬੋਲਦੀ ਪਈ ਆ ਤੇ ਇੰਗਲਿਸ਼ ਵੀ ਇੰਨੀ ਵੀਕ ਹੈ ਤੇ ਪ੍ਰੋਨੌਂਸੀਏਸ਼ਨ ਵੈਰੀ ਪੂਅਰ ਇਹ ਜਿਸ ਹਿਸਾਬ ਨਾਲ ਹੁਣ ਗੱਲ ਕਰ ਰਹੀ ਹੈ ਇਹਦੇ ਆਵਾਜ਼ ਵਿੱਚ ਬੋਲਦੀ ਪਹਿਲਾਂ ਤੋਂ ਮੇਰੇ ਤਾਂ ਸਾਰਾ ਹੁਣ ਸੁੱਤੇ ਪਏ ਸੀ ਤਾਂ ਇਦਾਂ ਮਾੜਾ ਮੋਟਾ ਹੋ ਰਿਹਾ ਬਾਕੀ ਥੋੜਾ ਐਕਟਿਵ ਕਰਕੇ ਗੱਲ ਕਰਨ ਦਾ ਬਹੁਤ ਵਧੀਆ ਬੋਲਦੇ ਆ ਨਹੀਂ ਨਹੀਂ ਜਿਸ ਹਿਸਾਬ ਨਾਲ ਗੱਲ ਕਰ ਰਹੀ ਆ ਇਹ ਇਸ ਹਿਸਾਬ ਨਾਲ ਬੋਲਦੀ ਆ ਇਸ ਲਹਿਜੇ 'ਚ ਬੋਲਦੀ ਆ ਹਾਂਜੀ शादी कदों हुंदी है तुहानूं याद है जां नहीं हां जी याद है हां डेट दसो केड़ी है तुहाडी शादी दी 9 दिसंबर 9 दिसंबर हां जी 9 दिसंबर 2020 ਅਕਤੂਬਰ ਮਹੀਨੇ 10 ਤਰੀਕ ਨੂੰ 에어ਪੋਰਟ ਤੇ ਛੱਡਣ ਕੌਣ ਗਿਆ ਸੀ ਅਸੀਂ ਛੱਡਣ ਗਏ ਸੀ ਜੀ ਅਸੀਂ ਕੌਣ ਮੈਂ ਮੇਰੀ ਫੈਮਿਲੀ ਉਹਨਾਂ ਦੇ ਮੰਮਾ ਦਾ ਜੀ ਮੈਂ ਤੇ ਤੁਹਾਡੀ ਫੈਮਿਲੀ ਚ ਕੌਣ ਮੇਰੇ ਕਹਿੰਦਾ ਭਾਵੇਂ ਕੌਣ ਗਿਆ ਸੀ ਤੁਹਾਡੇ ਨਾਲ ਮੈਂ ਸੀ ਮੇਰੇ ਮਦਰ ਸੀਗੇ ਜੀ ਤੇ ਮੇਰੇ ਵਾਈਫ ਦੇ ਮਦਰ ਸੀ ਮੇਰਾ ਇੱਕ ਬ੍ਰਦਰ ਸੀਗਾ ਇੱਕ ਟੈਕਸ ਡਰਾਈਵਰ ਸੀ ਸੋ 2021 ਵਿੱਚ ਗਏ ਨੇ ਹਾਂਜੀ 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 ਤੁਹਾਡੇ ਫਿਜ਼ੀਕਲ ਰਿਲੇਸ਼ਨ ਬਣੇ ਸੀ ਸ਼ਾਦੀ ਤੋਂ ਬਾਅਦ ਤੁਸੀਂ ਘੁੰਮੇ ਫਿਰੇ ਖੂਬ ਹਾਂਜੀ ਹਾਂਜੀ ਸਰ ਲਾਈਫ ਨੂੰ ਇੰਜੋਏ ਕੀਤਾ ਤੁਸੀਂ ਆਪਣੀ ਵਾਈਫ ਨੂੰ ਖੁਸ਼ ਕੀਤਾ ਕੋਈ ਪਰੇਸ਼ਾਨੀ ਤਾਂ ਨਹੀਂ ਸੀ ਹਾਂਜੀ ਨਹੀਂ ਸਰ ਓਕੇ ਤੁਹਾਡੀ ਵਾਈਫ ਨੇ ਕੈਨੇਡਾ ਜਾ ਕੇ ਤੁਹਾਨੂੰ ਫੋਨ ਕੀਤਾ ਮੈਂ ਪਹੁੰਚ ਗਈ ਹਾਂ ਹਾਂਜੀ ਹਾਂਜੀ ਸਰ ਕਾਲ ਹੁੰਦੀ ਰਹੀ ਵਾਡੀ ਓਕੇ ਖੁਸ਼ਪ੍ਰੀਤ ਕੌਰ ਤੁਹਾਡੀ ਵਾਈਫ ਦਾ ਨਾਮ ਹੈ ਤੇ ਪਿੰਡ ਕਿਹੜਾ ਆ ਕੋਟ ਸੇਖੋਂ ਜੀ ਕੋਟ ਸੇਖੋਂ ਹਾਂਜੀ ਜ਼ਿਲ੍ਹਾ ਕਿਹੜਾ ਆ ਆਏ ਨਾਲ ਹੀ ਆ ਜੀ ਆਪਣੇ ਖੰਨਾ ਜੀ ਮੈਨੂੰ ਕੀ ਪਤਾ ਨਾਲ ਤੂੰ ਦੱਸੋ ਨਾ ਕਿਹੜਾ ਪਿੰਡ ਹੈ ਕਿਹੜੇ ਜ਼ਿਲ੍ਹੇ 'ਚ ਆ ਖੰਨਾ ਜੀ ਖੰਨਾ ਮੰਜੀ ਸਾਹਿਬ ਗੁਰਦੁਆਰੇ ਕੋਲ ਖੰਨਾ ਜ਼ਿਲ੍ਹਾ ਪੁਲਿਸ ਦਾ ਜ਼ਿਲ੍ਹਾ ਖੰਨਾ ਆ ਹਾਂਜੀ ਤੁਹਾਡੇ ਸਾਰਾ ਸਾਹਿਬ ਦਾ ਨਾਮ ਕੀ ਹੈ ਦਲਜੋਤ ਤੁਹਾਡੇ ਸਹੁਰਾ ਸਾਹਿਬ ਦਾ ਨਾਮ ਕੀ ਬੇਟਾ ਤਖਵਿੰਦਰ ਸਿੰਘ ਜੀ ਤੁਹਾਡੀ ਸੱਸ ਦਾ ਨਾਮ ਕੀ ਹੈ ਤਖਵਿੰਦਰ ਕੌਰ ਸੁਖਵਿੰਦਰ ਸਿੰਘ ਸਹੁਰੇ ਨੇ ਸੁਖਵਿੰਦਰ ਕੌਰ ਸ਼ਰਿੰਦਰ ਕੌਰ ਸੋ ਤੁਹਾਡੀ ਵਾਈਫ ਨੇ ਹੁਣ ਤੁਹਾਡੇ ਨਾਲ ਤਾਲਮੇਲ ਕਰਨਾ ਬੰਦ ਕਰਤਾ ਬਲੌਕ ਕਰ ਦਿੱਤਾ ਤੁਹਾਨੂੰ ਹਾਂ ਸਰ ਪਤਾ ਕੀ ਗੱਲ ਹੋਈ ਸਾਡੀ ਨਾ ਵਧੀਆ ਗੱਲ ਹੁੰਦੀ ਸੀਗੀ ਹਾਂ ਹਾਂ ਤੇ ਉਹਨਾਂ ਨੇ ਮਤਲਬ ਫੇਕ ਆਈਡੀ ਬਣਾ ਲਈ ਸਨੈਪਚੈਟ ਤੇ ਹਾਂ ਤੇ ਉਹ ਮੈਨੂੰ ਪਤਾ ਲੱਗ ਗਿਆ ਜੀ ਵੀ ਸਨੈਪਚੈਟ ਆਈਡੀ ਬਣਾਈ ਹੈ ਦੂਜੀ ਤੇ ਮੈਂ ਪੁੱਛ ਲਿਆ ਸਾਡਾ ਬਸ ਉਦੋਂ ਤੋਂ ਕਲੇਸ਼ ਪੈ ਗਿਆ ਜੀ ਤੁਹਾਡੀ ਵਾਈਫ ਨੇ ਕੋਈ ਗਲਤ ਆਈਡੀ ਬਣਾ ਲਈ ਹੋਰ ਕੋਈ ਹਾਂਜੀ ਕਿਹੜੇ ਨਾਂ ਦੀ ਬਣਾਈ ਆ ਹਾਂ ਕੋਸਟੇਲੋਂ ਦੇ ਨਾਮ ਤੋਂ ਬਣ ਗਈ ਸੀ ਕਿਹੜੇ ਨਾਂ ਤੋਂ ਕੋਸਟੇਲੋਂ ਕੋਸਟੇਲੋਂ ਹਾਂਜੀ ਇੱਕ ਉਦੋਂ ਬਣਾਈ ਹੈ ਇਹ ਯਾਰ ਮਤਲਬ ਬਾਹਰ ਚਲੇ ਗਏ ਸੀਗੇ ਉਹ 4-5 ਮਹੀਨੇ ਬਾਅਦ ਸੋ ਤੇ ਨਾਲ ਗੱਲ ਕਰਦੀ ਰਹੀ ਕੰਟੀਨਿਊ ਲਗਾਤਾਰ ਹਾਂਜੀ ਮੇਰੇ ਨਾਲ ਗੱਲ ਹੁੰਦੀ ਸੀਗੀ ਜੀ ਵਧੀਆ ਤੇ ਤੈਨੂੰ ਇਹ ਯਾਰ ਮੈਨੂੰ ਪਤਾ ਲੱਗਿਆ ਵੀ ਐਂ ਕਰਕੇ ਫੇਕ ਆਈਡੀ ਬਣਾਈ ਆ ਤੇ ਵੀ ਐਂ ਗੱਲਬਾਤ ਕਰਦੇ ਆ ਫੇਕ ਆਈਡੀ ਬਣਾ ਕੇ ਸਾਡੇ ਫੇਕ ਆਈਡੀ ਬਣਾ ਕੇ ਨਾਲ ਗੱਲ ਕਰਦੇ ਸੀ
ਹੁਣ ਜੀ ਇੰਨਾ ਤਾਂ ਮੈਨੂੰ ਪਤਾ ਮਤਲਬ ਫੇਕ ਆਈ ਡੀ ਬਣਾਤੀ ਸੀਗੀ ਇਹਨਾਂ ਨੇ ਉਹ ਮੈਨੂੰ ਪਤਾ ਲੱਗ ਗਿਆ ਮੈਂ ਪੁੱਛਿਆ ਵੀ ਫੇਕ ਆਈ ਡੀ ਕਿਹੜੀ ਗੱਲੋਂ ਬਣੀ ਆ ਤੇ ਮੇਰੇ ਨਾਲ ਲੜ ਭਜਣ ਲੱਗ ਗਏ ਵੀ ਆਏ ਫਲਾਣਾ ਧਮਾਣਾ ਜੀ ਉਹ ਤੇ ਮੈਂ ਉਹਨਾਂ ਨੇ ਮਦਰ ਨੂੰ ਦੱਸਿਆ ਵੀ ਆਏ ਗੱਲ ਕਰ ਰਹੇ ਆ ਨਾ ਤੇ ਉਹਨਾਂ ਨੇ ਕੁੜੀ ਬਦਲਤੀ ਮੁੜ ਕੇ ਬਲੌਕ ਕਰਵਾ ਤਾ ਮੈਨੂੰ अच्छा ਤੁਹਾਡੇ ਹੁਣ ਸਾਰਿਆਂ ਨੇ ਵੀ ਤੁਹਾਨੂੰ ਜਵਾਬ ਦਿੱਤਾ ਹੈ ਕੁੜੀ ਨੇ ਵੀ ਜਵਾਬ ਦਿੱਤਾ ਬੰਦ ਹੋ ਗਿਆ ਤੁਹਾਡਾ ਆਪਸ ਵਿੱਚ ਜਿਹੜਾ ਕਨੈਕਸ਼ਨ ਸੀ ਗੱਲਬਾਤ ਕਰ ਨਹੀਂ ਨਹੀਂ ਸਰ ਬੰਦ ਨਹੀਂ ਹੋਇਆ ਮਤਲਬ ਮੈਂ ਆਪਣੀ ਸੱਸ ਨੂੰ ਕਾਲ ਕਰਕੇ ਦੱਸਿਆ ਵੀ ਖੁਸ਼ਪ੍ਰੀਤ ਨੇ ਐਂ ਕਰਕੇ ਆਈ ਡੀ ਬਣਾ ਲਈ ਤੇ ਫੇਕ ਆਈ ਡੀ ਬਣਾ ਲਈ ਤੇ ਉਹਨਾਂ ਨੇ ਆਪਦੀ ਕੁੜੀ ਨਾਲ ਗੱਲ ਕੀਤੀ ਜੋ ਵੀ ਗੱਲ ਹੋਈ ਉਦੋਂ ਬਾਅਦ ਮੈਨੂੰ ਮਤਲਬ ਮਹੀਨੇ ਦੇ ਬਾਅਦ ਬਲੌਕ ਕਰਵਾ ਤਾ ਓਕੇ ਤੇ ਫਿਰ ਇਹਨਾਂ ਨੇ ਰਿਪੋਰਟ ਕਰਤੀ ਸਾਡੇ ਤੇ ਜੀ ਬਲੌਕ ਕਿਹਨੇ ਕਰਾ ਦਿੱਤਾ ਤੁਹਾਡੀ ਸੱਸ ਨੇ ਬਲੌਕ ਕਰਾ ਦਿੱਤਾ ਖੁਸ਼ਪ੍ਰੀਤ ਨੂੰ ਹਾਂਜੀ ਹਾਂਜੀ ਸੱਸ ਨੇ ਜੀ ਮੈਨੂੰ ਬਲੌਕ ਕਰਵਾ ਤਾ ਹੁਣ ਤੁਸੀਂ ਮਤਲਬ ਤੁਸੀਂ ਗੱਲ ਨਹੀਂ ਕਰ ਸਕਦੇ ਆਪਣੀ ਵਾਈਫ ਨਾਲ ਨਾ ਤੁਹਾਡੀ ਸੱਸ ਗੱਲ ਕਰ ਰਹੀ ਤੁਹਾਡੇ ਨਾਲ ਵੈਸੇ ਜੀ ਮੈਂ ਅਨਬਲੌਕ ਆ ਪਰ ਮੇਰੇ ਨਾਲ ਕਾਲ ਤੇ ਗੱਲ ਨਹੀਂ ਹੁੰਦੀ ਓਕੇ ਸੋ ਤੁਹਾਡਾ ਜਦੋਂ ਵੀ ਮੈਨੂੰ ਕਾਲ ਜਾਂ ਮੈਸੇਜ ਕਰਦੇ ਆ ਬਸ ਤਾਂ ਹੀ ਕਹਿੰਦਾ ਫੀਸ ਰੈਡੀ ਆ ਮੇਰਾ ਰੈਂਟ ਰੈਡੀ ਆ ਬਸ ਤੁਹਾਨੂੰ ਸਪਾਂਸਰ ਕਿੱਥੇ ਜਾ ਕੇ ਇਹਨੇ ਕੁੜੀ ਨੇ ਕਿੱਦਾਂ ਜੀ ਤੁਹਾਨੂੰ ਸਪਾਂਸਰ ਕੀਤਾ ਕੈਨੇਡਾ ਜਾ ਕੇ ਲੜਕੀ ਨੇ ਮੈਂ ਥੋੜੇ ਡਾਕੂਮੈਂਟ ਭੇਜਿਆ ਜੀ ਮੇਨ ਰਹਿੰਦੇ ਆ ਜਵਾਬ ਦੇ ਗਈ ਜਾਂ ਕੀ ਗੱਲ ਕੀ ਹੈ ਵਿੱਚੋਂ ਜਵਾਬ ਜੀ ਹੋਵੇ ਸਾਨੂੰ ਪਤਾ ਨੀ ਲੱਗਦਾ ਇੱਕ ਪਾਸੇ ਨੀ ਕਰਦੇ ਪਏ ਮਤਲਬ 6 ਮਹੀਨੇ ਹੋ ਗਏ ਮੈਨੂੰ ਡਾਕੂਮੈਂਟ ਮੰਗਾਉਂਦਿਆਂ ਨੂੰ ਹਾਂ ਹਾਂ ਵੀ ਅੱਜ ਭੇਜਦਿਆਂ ਕੱਲ ਨੂੰ ਭੇਜਦਿਆਂ ਮੈਂ ਵਕੀਲ ਕੋਲ ਨੀ ਗਈ ਬਸ ਮੇਰੇ ਕੋਲ ਪੈਸੇ ਨੀ ਹੈਗੇ ਮੈਂ ਕੰਮ ਤੇ ਨੀ ਲੱਗੀ ਹੋਈ ਇਹ ਹੁਣ ਤੁਹਾਡੇ ਤੋਂ ਪੈਸੇ ਮੰਗਦੀ ਹੋਰ ਹਾਂਜੀ ਸਾਡੇ ਫੀਸਾਂ ਮੰਗਦੇ ਆ ਜੀ ਕਿੰਨੀ ਮੰਗਦੀ ਆ ਸਾਢੇ 4 ਲੱਖ ਰੁਪਇਆ ਜੀ ਹੁਣ ਮਤਲਬ ਖੁਸ਼ਪ੍ਰੀਤ ਕਹਿੰਦਾ ਮੈਨੂੰ ਕੀਸ ਪਾਓ ਤੇ 40,000 ਰੁਪਇਆ ਰੈਂਟ ਪਾਓ 40,000 ਰੁਪਇਆ ਕਿਰਾਇਆ ਮੰਗ ਰਹੀ ਆ ਹਾਂਜੀ ਤੇ 4.5 ਲੱਖ ਰੁਪਇਆ ਫੀਸ ਮੰਗ ਰਹੀ ਆ ਹਾਂਜੀ 5 ਲੱਖ ਇੰਡੀਆ ਦਾ ਤੇ ਬਾਕੀ ਜਦ ਇਹਨਾਂ ਨੇ ਸਾਡੇ ਤੇ ਮਤਲਬ ਦਰਖਾਸਤ ਦਿੱਤੀ ਸੀਗੀ ਖੁਸ਼ਪ੍ਰੀਤ ਦੇ ਮੋਮ ਡੈਡ ਨੇ ਕਾਹਦੇ ਵਾਸਤੇ ਦਰਖਾਸਤ ਕਰ ਦਿੱਤੀ ਕੰਪਲੇਂਟ ਕਰੀ ਕੀਤੀ ਪੁਲਿਸ ਨੂੰ ਕਿ ਤੁਸੀਂ ਦੱਸ ਦੇ ਕਿ ਤੇ ਮੁੰਡਾ ਕੁੜੀ ਨੂੰ ਟੌਰਚਰ ਕਰਦਾ ਵਾ ਮੁੰਡਾ ਕੁੜੀ ਨੂੰ ਟੌਰਚਰ ਕਰਦਾ ਆ ਤੇ ਦਰਖਾਸਤ ਕੁੜੀ ਕਿਹਨੇ ਦਿੱਤੀ ਆ ਐਸਪੀ ਨੇ ਦਿੱਤੀ ਸੀਗੀ ਜੀ ਖੰਨੇ ਨਹੀਂ ਨਹੀਂ ਕਿਹਨੇ ਦਿੱਤੀ ਆ ਜੀ ਮਦਰ ਨੇ ਹਾਂਜੀ ਹਾਂਜੀ ਉਹ ਤਾਂ ਕਿਸੇ ਦਰਖਾਸਤ ਦੇ ਨਹੀਂ ਸਕਦੇ ਕੁੜੀ ਤਾਂ ਕਹਿੰਦਾ ਉਹਨਾਂ ਨੇ ਸਾਡੇ ਤੇ ਦਰਖਾਸਤ ਦਿੱਤੀ ਆ ਤੇ ਉੱਥੇ ਸਾਡਾ ਫੈਸਲਾ ਹੋਇਆ ਸੀਗਾ ਵੀ ਇਹਨਾਂ ਨੇ ਖੁਸ਼ਪ੍ਰੀਤ ਦੀ ਮਦਰ ਨੇ ਵੀ 4.5 ਲੱਖ ਰੁਪਇਆ ਭੇਜਿਆ ਵਾ ਹਾਂ ਜਿੰਨਾ ਟਾਈਮ ਚ ਮੈਨੂੰ ਬਲੌਕ ਕੀਤਾ ਉਹ ਮੰਥ ਦੇ ਵਿੱਚ ਵਿੱਚ ਵੀ ਅਸੀਂ 40,000 ਐਂ ਪਾਇਆ ਅਸੀਂ ਆ ਕੱਪੜਾ ਭੇਜਿਆ ਅਸੀਂ ਇੰਨੇ ਦੀਆਂ ਦਵਾਈਆਂ ਭੇਜਤੀਆਂ ਤੇ 4 ਲੱਖ ਰੁਪਇਆ ਉਹਨਾਂ ਨੇ ਇਹਦਾ ਬਣਾ ਤਾ ਜੀ ਗੁਰਭੇਜ ਸਿੱਧੂ ਗੱਲ ਕਰ ਰਿਹਾ ਭੈਣ ਜੀ ਬਾਸੀ ਸਾਹਿਬ ਦੇ ਆਫਿਸ ਤੋਂ ਜੀ ਸੋ ਤੁਸੀਂ ਪੁਲਿਸ ਨੂੰ ਕੀ ਮਤਲਬ ਕੇਸ ਕੀ ਦਿੱਤਾ ਉਹਨਾਂ ਨੇ ਕਿ ਤੁਸੀਂ ਦਾਜ ਮੰਗਦੇ ਹੋ ਹੈਲੋ ਦਲਜੋਤ ਤੁਹਾਡੀ ਸ਼ਿਕਾਇਤ ਪੁਲਿਸ ਨੂੰ ਕੀ ਕੀਤੀ ਹੈ ਉਹਨਾਂ ਨੇ ਹੋਲਡ ਔਨ ਇੱਕ ਸੈਕਿੰਡ ਖੁਸ਼ਪ੍ਰੀਤ ਅਸੀਂ ਬ੍ਰੌਡਕਾਸਟ ਕਰ ਰਹੇ ਹਾਂ ਬਾਸੀ ਬ੍ਰੌਡਕਾਸਟਿੰਗ ਤੋਂ ਬੋਲ ਰਹੇ ਹਾਂ ਤੁਹਾਡੇ ਹਸਬੈਂਡ ਨੇ ਕੰਪਲੇਂਟ ਭੇਜੀ ਹੈ ਕਿ ਤੁਸੀਂ ਉਹਨਾਂ ਨੂੰ ਸਪੌਂਸਰ ਨਹੀਂ ਕਰ ਰਹੇ ਅਤੇ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਹੋ ਪੈਸੇ ਡਿਮਾਂਡ ਕਰ ਰਹੇ ਹੋ ਕੀ ਇਹ ਸੱਚ ਹੈ ਖੁਸ਼ਪ੍ਰੀਤ ਸਰ ਏਦਾਂ ਦੀ ਕੋਈ ਗੱਲ ਨਹੀਂ ਆ ਮੇਰੀ ਗੱਲ ਉਹ ਡਾਕੂਮੈਂਟ ਪਿੱਛੇ ਮੇਰੇ ਨਾਲ ਲੜ ਰਹੇ ਨੇ ਮੈਂ ਉਹਨਾਂ ਨੂੰ ਕਿਹਾ ਜਿਹੜੇ ਜਿਹੜੇ ਡਾਕੂਮੈਂਟ ਮੇਰੇ ਕੋਲ ਇਕੱਠੇ ਹੋਈ ਜਾਂਦੇ ਮੈਂ ਤੁਹਾਨੂੰ ਨਾਲ ਦੀ ਨਾਲ ਭੇਜੀ ਜਾ ਰਹੀ ਹਾਂ ਠੀਕ ਹੈ ਮੈਂ ਤੁਸੀਂ ਉਹਨਾਂ ਨੂੰ ਇਨਫੋਰਮ ਕਰ ਰਹੇ ਤੁਹਾਨੂੰ ਪਰੇਸ਼ਾਨ ਕਰਦੇ ਨੇ ਬਿਨਾਂ ਮਤਲਬ ਤੋਂ ਮੈਂ ਸਰ ਕੁਛ ਬਾਰ ਬਾਰ ਨਹੀਂ ਦੱਸਣਾ ਚਾਹੁੰਦੀ ਕਿਉਂਕਿ ਪਹਿਲਾਂ ਵੀ ਗੱਲਾਂ ਹੋ ਚੁੱਕੀਆਂ ਨੇ ਨਹੀਂ ਆਈ ਅੰਡਰਸਟੈਂਡ ਬਟ ਉਹਨਾਂ ਨੇ ਤੁਹਾਡੇ ਤੇ ਕੇਸ ਕੀਤਾ ਹੈ ਕਿ ਤੁਸੀਂ ਉਹਨਾਂ ਦੇ ਵੇਖਿਆ ਜਾਵੇ ਕਿ ਕਿੰਨੇ ਲੱਖ ਰੁਪਈਆ ਲੈ ਕੇ ਤੇ ਹੁਣ ਤੁਸੀਂ ਉਹਨਾਂ ਨੂੰ ਬਲੌਕ ਕਰ ਚੁੱਕੇ ਹੋ ਉਹਨਾਂ ਨੂੰ ਸਪਾਂਸਰ ਨਹੀਂ ਕਰ ਰਹੇ ਉਹਨਾਂ ਨੂੰ ਬਲੌਕ ਨਹੀਂ ਕੀਤਾ ਮੈਨੂੰ ਐਡ ਨਹੀਂ ਫਿਰ ਤੁਸੀਂ ਗਲਤ ਤਰ੍ਹਾਂ ਦੀ ਆਈਡੀ ਬਣਾਈ ਹੈ ਇਹ ਟਰੂ ਹੈ ਕਿਹੜੇ ਗਲਤ ਤਰ੍ਹਾਂ ਦੀ ਹਾਂ ਦਲਜੋਤ ਆਪਣੀ ਵਾਈਫ ਨਾਲ ਗੱਲ ਕਰ ਕਿਹੜੀ ਆਈਡੀ ਬਣਾਈ ਦੱਸੋ ਨਾ ਹਾਂਜੀ ਸਰ ਗੱਲ ਕਰੋ ਨਾ ਇਹਨਾਂ ਨੇ ਸਨੈਪਚੈਟ ਤੇ ਆਈਡੀ ਬਣਾਈ ਸੀਗੀ ਜੀ ਫਿਰ ਗੱਲ ਕਰਨਾ ਨਾ ਗੱਲ ਨਾ ਨਾ ਗੱਲ ਕਰਦੀ ਆ ਸਾਡੀ ਹਜੇ ਕੱਲ ਪਰਸੋਂ ਗੱਲ ਹੋ ਕੇ ਹਟੀ ਆ ਸਰ ਕੱਲ ਪਰਸੋਂ ਗੱਲ ਸਾਡੀ ਇਹ ਹੋਈ ਆ ਮੈਂ ਇਹ ਗੱਲ ਕਹਿ ਰਿਹਾ ਮੈਨੂੰ ਪਹਿਲਾਂ ਇੱਕ ਮਹੀਨਾ ਪੂਰਾ ਇਹਨਾਂ ਨੇ ਬਲੌਕ ਰੱਖਿਆ ਨਾ ਮੇਰੀ ਕੋਈ
ਕਾਲ ਤੇ ਗੱਲ ਹੋਈ ਸੀ ਨਾ ਕੋਈ ਚੈਟ ਹੋਈ ਸੀ ਠੀਕ ਹੈ ਜੀ ਤੇ ਇਹਨਾਂ ਦੇ ਮਦਰ ਨੇ ਸਾਡੇ ਤੇ ਇਹ ਦਰਖਾਸਤ ਦਿੱਤੀ ਠੀਕ ਹੈ ਜੀ ਖੁਸ਼ੀ ਜੀ ਮੈਨੂੰ ਤੁਸੀਂ ਨੀਂਦ ਚ ਲੱਗਦੇ ਹੋ ਥੋੜਾ ਜਿਹਾ ਪਲੀਜ਼ ਐਕਟਿਵ ਹੋ ਕੇ ਬੋਲੋ ਰਾਜੇ ਪਲੀਜ਼ ਸਰ ਮੈਂ ਸੁੱਤੀ ਪਈ ਕੌਣ ਜੀ ਮੈਂ ਨੇ ਖੁਸ਼ਪ੍ਰੀਤ ਤੁਸੀਂ ਤੁਹਾਡੇ ਜਿਹੜੇ ਐਲੀਗੇਸ਼ਨ ਲੱਗੇ ਜੇ ਨੇ ਬੜੇ ਸੀਰੀਅਸ ਨੇ ਔਰ ਤੁਹਾਡੇ ਤੇ ਕੇਸ ਚੱਲ ਸਕਦਾ ਕਿ ਤੁਸੀਂ ਫਰਾਡ ਕੀਤਾ ਤੁਹਾਡੇ ਤੇ ਪੈਸੇ ਖਰਚ ਕੀਤੇ ਇੱਕ ਮਿੰਟ ਮੇਰੇ ਘਰ ਦੇ ਨੇ ਆਲਰੇਡੀ ਕੰਪਲੇਂਟ ਕੀਤੀ ਹੋਈ ਸੀ ਉਹ ਕੰਪਲੇਂਟ ਦਾ ਮੈਟਰ ਨਹੀਂ ਕਰਦਾ ਉਹ ਮੈਟਰ ਨਹੀਂ ਕਰਦਾ ਮੈਟਰ ਹੀ ਕਰਦਾ ਕਿ ਤੁਹਾਡੇ ਤੇ ਕੰਪਲੇਂਟ ਉਹਨਾਂ ਨੇ ਦਰਜ ਕਰਾਉਣੀ ਹੁਣ ਤੁਹਾਡੇ ਤੇ ਚਾਰਜ ਲੱਗਣੇ ਆ 420 ਦੇ ਸਰ ਮੈਂ ਗੱਲ ਤੇ ਸੁਣੋ ਹਾਂ ਬੋਲੋ ਦੱਸੋ ਉੱਚੀ ਬੋਲੋ ਨਾ ਫਿਰ ਸਰ ਮੈਂ ਇਹ ਕਹਿ ਰਹੀ ਹਾਂ ਕਿ ਖੁਸ਼ ਢਿੱਲੋਂ ਦੀ ਔਰ ਆਪਣੇ ਹਸਬੈਂਡ ਸ਼ਾਦੀ ਸ਼ੁਦਾ ਹੋ ਔਰ ਇੱਕ ਤੁਸੀਂ ਆਪਣੀ ਫੇਸ ਤੇ ਲਿਖਿਆ ਹੋਇਆ ਐਫ ਵਰਡ ਵਾਈਜ਼ ਯੂ ਡੂ ਦੈਟ ਤੁਹਾਡੀ ਆਈ ਡੀ ਤੇ ਦਿਲਜੋਤ ਤੁਹਾਨੂੰ ਹੋਰ ਕੀ ਸ਼ਿਕਾਇਤ ਕੀ ਹੈ ਖੁਸ਼ਪ੍ਰੀਤ ਤੇ ਸਰ ਮੈਨੂੰ ਇਹੀ ਸ਼ਿਕਾਇਤ ਆ ਮੈਨੂੰ 6 ਮਹੀਨੇ ਹੋ ਗਏ ਜੀ ਡਾਕੂਮੈਂਟ ਦੀ ਵੇਟ ਕਰਦਿਆਂ ਨੂੰ ਠੀਕ ਹੈ ਜੀ ਮੈਂ ਇੱਧਰਲੇ ਏਜੰਟ ਕੋਲ 10 ਲੱਖ ਰੁਪਇਆ ਰੱਖਿਆ ਹੋਇਆ ਵਾ ਤੇ ਉਹਦਾ ਮੈਂ 20,000 ਰੁਪਇਆ ਜੀ ਰੈਂਟ ਭਰਦਾ ਮੰਥ ਦਾ ਠੀਕ ਹੈ ਜੀ ਹਾਂਜੀ ਇੱਕ ਸੈਕਿੰਡ ਖੁਸ਼ਪ੍ਰੀਤ ਆ ਦੇਖੋ ਆਈ ਡੀ ਤੇ ਲਿਖਿਆ ਹੋਇਆ ਖੁਸ਼ਪ੍ਰੀਤ ਢਿੱਲੋਂ ਔਰ ਗਾਂਕ ਵਰਡ ਕੀ ਲਿਖਿਆ ਹੋਇਆ ਜਿਹੜਾ ਕਿ ਐਫ ਨਾਲ ਸ਼ੁਰੂ ਹੁੰਦਾ ਆ ਵਾਈ ਯੂ ਡੂ ਦਿਸ ਤੁਸੀਂ ਲਿਖ ਦਿੱਤਾ ਤੁਸੀਂ ਇਹ ਕੁਛ ਲਿਖਣ ਆਉਂਦੇ ਹੋ ਇੱਥੇ ਕੈਨੇਡਾ ਚ ਤੁਸੀਂ ਆਹ ਚੀਜ਼ਾਂ ਲਿਖਦੇ ਹੋ ਤੁਸੀਂ ਇੱਕ ਸ਼ਾਦੀ ਸ਼ੁਦਾ ਬੇਟਾ ਤੂੰ ਚੰਗੇ ਘਰਾਂ ਦੀ ਧੀ ਆ ਤੇਰੀ ਮਾਂ ਦਾ ਸਤਿਕਾਰ ਹੈ ਤੇਰੇ ਪਿਤਾ ਦਾ ਸਤਿਕਾਰ ਹੈ ਚੰਗੀ ਫੈਮਿਲੀ ਨਾਲ ਤੂੰ ਸੰਬੰਧ ਰੱਖਦੀ ਆ ਤੇਰੀ ਰਿਸਪੈਕਟ ਹੈ ਵਾਈ ਯੂ ਡੂਇੰਗ ਦਿਸ ਬਿਗ ਮਿਸਟੇਕ ਇਹ ਜੋ ਕੋਈ ਪੜ੍ਹੇ ਜੋ ਤੂੰ ਲਿਖਿਆ ਆ ਤੂੰ ਲਿਖਿਆ ਆ ਐਫ ਪਾ ਕੇ ਦਿਸ ਵਰਡ ਵਾਈ ਯੂ ਡੂ ਦਿਸ ਹੂ ਟੋਲਡ ਯੂ ਟੂ ਰਾਈਟ ਔਨ ਓਕੇ ਸਰ ਆਈ ਐਮ ਸੌਰੀ ਮੈਂ ਰਿਮੂਵ ਕਰ ਦੂੰ ਵਾਈ ਯੂ ਡੂ ਦਿਸ ਟੈਲ ਮੀ ਨਾਓ ਬਸ ਉਹ ਆਈ ਡੀ ਮੈਂ ਲਿਖਤਾ ਖੁਸ਼ਪ੍ਰੀਤ ਜੀ ਖੁੱਲ ਕੇ ਦੱਸੋ ਤੁਹਾਡੇ ਤੇ ਦੋਸ਼ ਤਾਂ ਨਹੀਂ ਲੱਗ ਰਿਹਾ ਤੁਸੀਂ ਕਹਿ ਰਹੇ ਹੋ ਕਿ ਵਾਰ-ਵਾਰ ਮੈਂ ਉਹੀ ਗੱਲਾਂ ਕੀ ਦੂੰ ਕਿਹੜੀਆਂ ਗੱਲਾਂ ਕਹਿ ਰਹੇ ਹੋ ਤੁਸੀਂ ਪਹਿਲਾਂ ਬਹੁਤ ਲੜਾਈਆਂ ਹੋ ਚੁੱਕੀਆਂ ਨੇ ਇਹ ਗੱਲਾਂ ਵਿੱਚ ਕਿਹੜੀਆਂ ਪਿੱਛੇ ਆ ਜਿਹੜਾ ਵਰਲਡ ਬਾਰੇ ਦੁਨੀਆ ਬਾਰੇ ਗੱਲਾਂ ਲੱਗਦੀਆਂ ਨੇ ਨਹੀਂ ਇਹ ਗੱਲਾਂ ਨਹੀਂ ਇਹ ਤਾਂ ਗੱਲਾਂ ਕਦੇ ਛਿੜੀਆਂ ਹੀ ਨਹੀਂ ਅੱਛਾ ਇਹ ਅੱਧੀਆਂ ਹਜੇ ਰਹਿੰਦੀਆਂ ਕਿਹੜੀਆਂ ਪਿੱਛੇ ਲੜਾਈ ਹੋ ਚੁੱਕੀ ਹੈ ਤੁਹਾਡੀ ਉਹ ਦੱਸ ਦਿਓ ਸਰ ਪਹਿਲਾਂ ਸਭ ਤੋਂ ਪਹਿਲਾਂ ਤਾਂ ਪੈਸੇ ਪਿੱਛੇ ਲੜਾਈ ਹੋਈ ਆ ਪੈਸੇ ਤੁਹਾਨੂੰ ਦਿੰਦੇ ਨਹੀਂ ਜੀ ਤੁਸੀਂ ਜਦੋਂ ਮੰਗਦੇ ਹੋ ਤੁਸੀਂ ਇਹਨਾਂ ਤੋਂ ਰੈਂਟ ਵੀ ਮੰਗਾਉਂਦੇ ਤੁਸੀਂ ਕੰਮ ਕੀ ਕਰਦੇ ਹੋ ਜੀ ਇੱਥੇ ਮੈਂ ਕੋਈ ਕੰਮ ਨਹੀਂ ਕਰਦੀ ਹੈਗੀ ਮੈਨੂੰ ਕੰਮ ਮਿਲਿਆ ਹੀ ਨਹੀਂ ਬਹੁਤ ਪਰੇਸ਼ਾਨੀ ਦੇ ਵਿੱਚ ਨੇ ਕੀ ਕਰਾਂ ਮੈਂ ਹੋਰ ਦੱਸੋ ਮੈਨੂੰ ਮਿਲਿਆ ਨੀ ਰਿਹਾ ਕੰਮ ਮੈਂ ਬਹੁਤ ਜਗ੍ਹਾ ਦੱਬਿਆ ਮੈਂ ਇੰਸਟਾ ਅਪਲਾਈ ਕੀਤਾ ਮੈਂ ਆਨਲਾਈਨ ਵੀ ਅਪਲਾਈ ਕੀਤਾ ਬਸ ਉਹ ਦੇਖ ਲਓ ਇਹੋ ਜਿਹੇ ਬੱਚਿਆਂ ਤੇ ਮਤਲਬ ਕਿ 20-20 ਲੱਖ 40-40 ਲੱਖ ਲੱਗੀ ਜਾਂਦਾ ਇੰਡੀਆ ਬੈਠਿਆਂ ਦਾ ਮੈਨੂੰ ਸੱਚ ਉਹਦਾ ਕੰਮ ਮਿਲਿਆ ਸੀਗਾ ਇਹਨਾਂ ਨੂੰ ਵੀ ਪਤਾ ਮੈਂ ਉਹਦਾ ਕੰਮ ਕੀਤਾ ਆ ਓਕੇ ਐਨੀਵੇ ਲੈਟ ਮੀ ਹੈਂਡਲ ਦਿਸ ਇਸ਼ੂ ਮਿਸ ਸਿੱਧੂ ਸਟੋਰੀ ਨੂੰ ਹੈਂਡਲ ਦਾ ਚਾਹੇ ਤੁਸੀਂ ਕਰ ਲਓ ਚਾਹੇ ਮੈਂ ਕਰ ਲਵਾਂ ਕਿਉਂਕਿ ਵੀ ਫੈਕਟਰੀ ਵਾਲਿਆਂ ਨੂੰ ਰੈਸਟੋਰੈਂਟ ਵਾਲਿਆਂ ਨੂੰ ਆਫਿਸ ਵਾਲਿਆਂ ਨੂੰ ਤੇ ਤੁਹਾਨੂੰ ਕਿਉਂ ਨੀ ਕੰਮ ਮਿਲਿਆ ਤੁਸੀਂ ਕਿਹੜੀ ਸਿਟੀ ਵਿੱਚ ਰਹਿੰਦੇ ਹੋ ਵਾਟਰਲੂ ਰਹਿੰਦੀ ਆ ਸਰ ਓਕੇ ਤੁਹਾਨੂੰ ਇੱਥੇ ਕੰਮ ਨੀ ਮਿਲਦਾ ਹਾਂਜੀ ਤੇ ਤੁਸੀਂ ਸਕੂਲ ਜਾਂਦੇ ਹੋ ਸਟੱਡੀ ਕਰਦੇ ਹੋ ਆਪਣੀ ਹਾਂਜੀ
ओके सो ਤੁਸੀਂ ਇਹਨਾਂ ਤੋਂ ਹੁਣ 4 ਲੱਖ ਰੁਪਈਆ ਇੱਕ ਹੋਰ 4.5 ਤੇ 40000 ਰੁਪਈਆ ਕਿਰਾਏ ਦਾ ਮੰਗ ਰਹੇ ਹੋ ਨਹੀਂ ਸਰ ਉਹ ਜਿਹੜਾ 4.5 ਲੱਖ ਆ ਉਹ ਇਹਨਾਂ ਦੀ ਮੰਮਾ ਨਾਲ ਗੱਲ ਹੋਈ ਹੋਈ ਆ ਇਹਨਾਂ ਦੇ ਕਿਉਂਕਿ ਮਤਲਬ ਜਿੱਦਾਂ ਮੰਮਾ ਦੇ ਮਤਲਬ ਕਿ ਪੈਸੇ ਦੇਣੇ ਸੀਗੇ ਜਦੋਂ ਮੇਰੀ ਟਿਕਟ ਹੋਈ ਸੀਗੀ ਉਦੋਂ ਮੇਰੇ ਘਰਦਿਆਂ ਨੇ ਟਿਕਟ ਕਰਵਾਈ ਸੀ ਦੂਜੀ ਵਾਰ ਪੈਸੇ ਕਿਹੜੇ ਦੇਣੇ ਸਰ ਇਹਨਾਂ ਨੇ ਮੰਮਾ ਉਹਨਾਂ ਦੇ ਤੁਹਾਡੀ ਮਦਰ ਦੇ ਪੈਸੇ ਦੇਣੇ ਤੁਹਾਡੇ ਸਹੁਰੇ ਨੇ ਦੇਣੇ ਆ ਜਿੱਦਣ ਇਹਨਾਂ ਨੇ ਮੈਨੂੰ ਬਲੌਕ ਕਰਤਾ ਉਦੋਂ ਬਾਅਦ ਇਹਨਾਂ ਨੇ ਆਪਦੀ ਲੋਕੇਸ਼ਨ ਚੇਂਜ ਕਰਤੀ ਕਾਲਜ ਕੋਲ ਚਲੇ ਗਏ ਸਾਨੂੰ ਦੱਸਿਆ ਤੱਕ ਨੀ ਗਏ ਮੈਂ ਉਰੇ ਰਹਿੰਦੀ ਹਾਂ ਮੈਂ ਪਰੇਸ਼ਾਨ ਹਾਂ ਠੀਕ ਹੈ ਜਿੰਨਾ ਟਾਈਮ ਸਾਡੇ ਤੇ ਮੁਕੱਦਮਾ ਚੱਲਿਆ ਜੀ ਮਹੀਨਾ 2 ਮਹੀਨੇ ਤੁਸੀਂ ਕੰਪਲੇਂਟ ਪੁਲਿਸ ਨੂੰ ਕਿਉਂ ਕੀਤੀ ਤੁਹਾਡੇ ਪੇਰੈਂਟਸ ਨੇ ਖੁਸ਼ ਪੀਤ ਵਾਈ ਯੂ ਡਿਡ ਦੈਟ ਸਰ ਕਿਉਂਕਿ ਉਦੋਂ ਹਨਾ ਲੜਾਈਆਂ ਵਧੀ ਜਾ ਰਹੀਆਂ ਸੀ ਬਹੁਤ ਜ਼ਿਆਦਾ ਨਹੀਂ ਨਹੀਂ ਲੜਾਈ ਤਾਂ ਬਾਅਦ ਵਾਲੀ ਵੱਖਰੀ ਗੱਲ ਹੈ ਤੁਹਾਡੇ ਹਸਬੰਡ ਦੀ ਪ੍ਰੋਬਲਮ ਇੱਕ ਵੱਖਰਾ ਇਸ਼ੂ ਹੈ ਤੇ ਨਾਲੇ ਜਿਹੜੀ ਪ੍ਰੋਬਲਮ ਹੈ ਤੁਹਾਡੀ ਮਦਰ ਨੂੰ ਕਿੰਨਾ ਸਮਾਂ ਲੱਗੂਗਾ ਹੋਰ ਡਾਕੂਮੈਂਟ ਭੇਜਣ ਲਈ ਲੜਕੀਆਂ ਉਹ ਹਨਾ ਵਰਕ ਫਰੋਮ ਹੋਮ ਕਰਦੇ ਮੈਨੂੰ ਕਿਹਾ ਹਨਾ ਉਹ ਪਰ ਕਹਿੰਦੇ ਇੱਧਰ ਵੀ ਪੌੜਨਾ ਤਾਂ ਕਰਕੇ ਥੋੜੇ ਕਮਿਊਨੀਕੇਸ਼ਨ ਦੇ ਵਿੱਚ ਵੀ ਪ੍ਰੋਬਲਮ ਆ ਜਾਂਦੀ ਆ ਨਹੀਂ ਤੁਸੀਂ ਕੰਮ ਤੇ ਜਾਂਦੇ ਨਹੀਂ ਹੋ ਤੁਸੀਂ ਮੈਨੂੰ ਕਹਿੰਦੇ ਸੁੱਤੇ ਪਏ ਹੋ ਰਾਤ ਦਿਨ ਦੇ 12 ਵੱਜ ਚੁੱਕੇ ਨੇ ਇਹ ਕੀ ਚੱਕਰ ਹੈ ਦੇਖੋ ਯਾਰ ਨਾ ਤਾਂ ਜੀ ਮੇਰੇ ਨਾਲ ਰੈਗੂਲਰ ਚੈਟ ਹੁੰਦੀ ਹੈ ਠੀਕ ਹੈ ਜੀ ਕੱਲ ਪਰਸੋਂ ਨਾ ਫੋਨ ਤੇ ਗੱਲ ਹੋਈ ਉਹ ਵੀ ਸਿਰਫ ਪੈਸੇ ਦੀ ਗੱਲ ਕੀਤੀ ਇਹਨਾਂ ਨੇ ਮੇਰੀ ਫੀਸ ਸੀ ਉਹ ਇੱਕ ਦਿਨ ਮੇਰੀ ਫੀਸ ਪਾ ਦਿਓ ਠੀਕ ਹੈ ਜੀ ਮੇਰਾ ਰੈਂਟ ਆਉਂਦਾ 1 ਤਰੀਕ ਨੂੰ ਉਹ ਰੈਡੀ ਕਰ ਲਿਓ ਤੁਹਾਨੂੰ ਵੀ ਪਤਾ ਜੀ ਮੈਂ ਸਪਾਊਸ ਵੀਜ਼ਾ ਲਗਵਾਉਣਾ ਤਾਂ ਵਿੱਚ ਮੇਰੀ ਚੈਟ ਜ਼ਰੂਰੀ ਆ ਕਾਲ ਡਿਟੇਲ ਜ਼ਰੂਰੀ ਆ ਜੇ ਮੇਰੇ ਕੋਲ ਉਹੀ ਨਹੀਂ ਆਉਣਗੇ ਤਾਂ ਮੇਰਾ ਵੀਜ਼ਾ ਕਿੱਥੋਂ ਆਜੂਗਾ ਜੀ ਮੈਂ ਨਹੀਂ ਚਾਹੁੰਦਾ ਮੇਰੀ ਜਲਦੀ ਜਲਦੀ ਫਾਈਲ ਲੱਗੇ ਮੈਂ ਜਲਦੀ ਇਹਨਾਂ ਕੋਲ ਪਹੁੰਚਾਂ ਡਾਕੂਮੈਂਟ ਭੇਜਣੇ ਲੇਟ ਹੋਣੇ ਵੱਖਰੀ ਗੱਲ ਹੈ ਤੁਸੀਂ ਬਲੌਕ ਕਿਉਂ ਕੀਤਾ ਵਾਈ ਜੀ ਬਲੌਕ ਆਪਣੇ ਹਸਬੰਦ ਨੇ ਯਾਰ ਨੇ ਹਲੇ ਥੋੜੇ ਦਿਨ ਪਹਿਲਾਂ ਮੈਂ ਗੱਲ ਕਰਕੇ ਕਿ ਮੈਂ ਕਿਉਂ ਬਲੌਕ ਕਰਨਾ ਨਾ ਐਡ ਨੇ ਮੇਰੇ ਨਾਲ ਇਹ ਖੁਸ਼ਪੀਤ ਟੈਲ ਮੀ ਵਨ ਥਿੰਗ ਹੈ ਤੂੰ ਆਪਣੀ ਆਵਾਜ਼ ਪ੍ਰੋਪਰ ਕਿਉਂ ਨਹੀਂ ਗੱਲ ਕਰ ਰਹੀ ਵਾਈ ਯੂ ਡੂਇੰਗ ਦਿਸ ਨੌਨਸੈਂਸ ਦ ਵੇ ਯੂ ਟਾਕਿੰਗ ਟੂ ਮੀ ਤੂੰ ਪ੍ਰੋਪਰ ਮੈਨੂੰ ਗੱਲ ਕਰ ਰਹੀ ਆਵਾਜ਼ ਚ ਗੱਲ ਕਰ ਰਹੀ ਹਾਂ ਨਹੀਂ ਨਹੀਂ ਕਿੱਥੇ ਕਰ ਰਹੀ ਹਾਂ ਤੂੰ ਆ ਜਿਹੜੀ ਆਵਾਜ਼ ਜਿਹੜੀ ਤੂੰ ਕੱਢ ਰਹੀ ਆ ਆ ਆਵਾਜ਼ ਤੇਰੀ ਸਕੂਲ ਜਾਂ ਤੁਸੀਂ ਸਕੂਲ ਲਈ ਜਾਂਦੇ ਹੋ ਮੈਂ ਇਦਾਂ ਗੱਲ ਕਰਦੇ ਹੋ ਯੂ ਟਾਕਿੰਗ ਟੂ ਦੈਟ ਵੇ ਟੂ ਦੀ ਟੀਚਰ ਔਰ ਪ੍ਰਿੰਸੀਪਲ ਮੈਂ ਬੋਲਦੀ ਆ ਇਦਾਂ ਬੋਲਦੇ ਬੱਚੇ ਸੁਣੋ ਮੈਂ ਕਿਹੜਾ ਕੁਝ ਕੋਈ ਗਲਤ ਬੋਲ ਰਹੀ ਹਾਂ ਨਹੀਂ ਨਹੀਂ ਆਪਣੇ ਖੁਸ਼ਪ੍ਰੀਤ ਤੇਰੇ ਨਾਲ ਕੀ ਹੈ ਦਿਲਜੋਤ ਇਹ ਜਿਸ ਹਿਸਾਬ ਨਾਲ ਹੁਣ ਗੱਲ ਕਰ ਰਹੀ ਹੈ ਇਹਦੇ ਆਵਾਜ਼ ਵਿੱਚ ਬੋਲਦੀ ਪਹਿਲਾਂ ਤੋਂ ਮੇਰੇ ਤਾਂ ਸਰ ਹੁਣ ਸੁੱਤੇ ਪਏ ਸੀ ਤਾਂ ਏਦਾਂ ਮਾੜਾ ਮੋਟਾ ਹੋ ਰਿਹਾ ਬਾਕੀ ਥੋੜਾ ਐਕਟਿਵ ਕਰਕੇ ਗੱਲ ਕਰਨ ਦਾ ਬਹੁਤ ਵਧੀਆ ਬੋਲਦੇ ਆ ਨਹੀਂ ਨਹੀਂ ਜਿਸ ਹਿਸਾਬ ਨਾਲ ਗੱਲ ਕਰ ਰਹੀ ਆ ਇਹ ਇਸ ਹਿਸਾਬ ਨੇ ਬੋਲਦੀ ਆ ਇਸ ਲਹਿਜੇ ਚ ਬੋਲਦੀ ਆ ਹਾਂਜੀ ਸਰ ਮੈਂ ਇਹ ਤਾਂ ਨਹੀਂ ਕਦੇ ਬੋਲਦੀ ਮੈਂ ਤੁਹਾਨੂੰ ਤੁਸੀਂ ਕਿਸੇ ਕਰਕੇ ਬੋਲ ਰਹੀ ਆ ਸਰ ਮੈਂ ਤੁਹਾਨੂੰ ਕੀ ਗਲਤ ਬੋਲੀ ਮੈਨੂੰ ਇਹ ਤਾਂ ਦੱਸੋ ਨੋ ਨੋ ਡੋਨਟ ਟੈਲ ਮੀ ਦੈਟ ਕੀ ਗਲਤ ਬੋਲੀ ਜੇ ਨਹੀਂ ਬੋਲੇ ਯੂ ਡੋਨਟ ਰਾਈਟਸ ਟੂ ਟਾਕ ਟੂ ਮੀ ਦੈਟ ਵੇ ਆਮ ਟਾਕਿੰਗ ਟੂ ਸਟੇਟ ਸਟੇਟ ਫਾਰਮ ਨਹੀਂ ਨਹੀਂ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਤੁਹਾਡੇ ਜਿਹੜਾ ਗੱਲ ਕਰਨ ਦਾ ਜਿਹੜਾ ਤਰੀਕਾ ਆ ਇਜ਼ ਨਾਟ ਅਸੈਪਟੇਬਲ ਤੁਸੀਂ ਪ੍ਰੋਪਰ ਗੱਲ ਕਰੋ ਨਾ ਬੋਲੀ ਕਿਵੇਂ ਤੁਹਾਨੂੰ ਇਹ ਤਾਂ ਦੱਸ ਦੋ ਨਹੀਂ ਨਹੀਂ ਜਿਸ ਲੈਜ ਨਾਲ ਗੱਲ ਕਰ ਰਹੇ ਹੋ ਆਰ ਯੂ ਐਕਟਿੰਗ ਔਰ ਵਾਟ ਸਰ ਮੈਂ ਲੈਜ ਨਾਲ ਨਹੀਂ ਗੱਲ ਕਰ ਰਹੀ ਹੈਗੀ ਮੈਂ ਇਦਾਂ ਹੀ ਬੋਲਦੀ ਹਾਂ ਹੁਣ ਇਹ ਚ ਮੇਰਾ ਕੀ ਕਸੂਰ ਆ ਤੁਸੀਂ ਆਹ ਇਸ ਤਰ੍ਹਾਂ ਬੋਲੇ ਦਿਲਜੋਤ ਜੂ ਟੈਲ ਮੀ ਤੁਹਾਡੀ ਵਾਈਫ ਜਦੋਂ ਤੁਹਾਡਾ ਵਿਆਹ ਕਰਕੇ ਆਇਆ ਇੱਕ ਸਾਰ ਰਹੀ ਆ
इस तरह गल कर रही थी जिस तरह अज गल कर रही है? नहीं सर जी। तो गल करना अपनी वाइफ ना कि तू प्रॉपर बोल, तू गल कर प्रॉपर खुल के गल कर दिलजोत, अपनी मैं तेन चांस दे रहा अपनी वाइफ खुशप्रीत नाल गल कर प्रॉपर कि प्रॉपर गल करी साडे नाल। सर मैं प्रॉपर गल कर रहा हां, मैं इन्हां नूं पुछो, मैं फेसबुक इन्हां नाल ऐड नहीं, इन्हां ने मैनूं रिमूव किया है, इंस्टाग्राम ते इन्हां ने मैनूं रिमूव किया, ऊपर ते इन्ने इन्ने पैसे मंगदे जी, किस गल्लों असीं किवें दे दईए, विश्वास है किवें करिए दसो जी, रैगूलर मेरे नाल गल नहीं हो रही, प्रॉब्लम की है जी। चलो ठीक है, जी पहला प्रॉब्लम सी उह कंप्लीट हो गई है, कोई चक्कर नहीं, ठीक है, ते हुण तां आपां नवीं शुरुआत कर ही सकदे जी। खुशप्रीत तुसीं अपने हसबेंड नाल कोऑपरेट करो और इन्हां रोजाना गलबात करो ताकि इन्हां नूं बीजे लैण विच कोई दिक्कत ना आवे। पच्ची साहब तुसीं कुछ मेरी गल सुन लो हुण। हां बोलो बेटा। सर मैं ना पूरा कोऑपरेट करन नूं तैयार हां, पर है ना मतलब कदे किसी ना किसी गल दे विच पुरानी है, कोई ना कोई गल पता निकल आउंदी आ, फिर लड़ाई दोबारा चिड़ जांदी आ। पुरानी केड़ी गल निकल आउंदी आ, तुसीं तुसीं दसना चाहो, खुशी खुल के दसो, खुशी राजे तुसीं ना खुल के दसो, तुहाडे दिल च हैगा कुछ पहला वाली कोई पुरानी किसी दा पास्ट थोड़ा एक दूजे दे विच आउंदा जां किवें आउंदा? बाकी मैनूं लगदा जिहड़ी आवाज तुहाडी सारे ना सानूं लग रही है तुहाडी इदां, तुसीं कितें शेयरिंग दे विच मतलब कि इधर दे बॉर्न न्याणियां दे नाल मैनूं लगदा वध टच च रहिंदे हो ना? ਸਰ ਮੈਂ ਪਤਾ ਵਾਟਰਲੂ ਜਿੱਥੇ ਰਹਿੰਦੀ ਹਾਂ ਉੱਥੇ ਗੋਰੇ ਗੋਰੇ ਰਹਿੰਦੇ ਨੇ, ਤਾਂ ਕਰਕੇ ਨਾ ਥੋੜੇ ਏਦਾਂ ਦੀ ਐਕਸੈਂਟ ਹੋਈ ਪਈ ਆ, ਮੈਂ ਕੀ ਕਰਾਂ? ਨਹੀਂ ਉਹ ਤੁਹਾਡਾ ਤੁਹਾਡਾ ਸੁਭਾਅ ਹੈ, 6 ਮਹੀਨੇ ਚ ਬਸ ਆ ਬਦਲ ਹੀ ਜਾਂਦਾ ਐਕਸੈਂਟ ਜੀ। ਇੱਕ ਸੈਕਿੰਡ ਸਿੱਧੂ ਲੈਟ ਮੀ ਟਾਕ ਟੂ ਹਿਮ। ਐਕਸੈਂਟ ਖੁਸ਼ਪ੍ਰੀਤ ਕਹਿ ਰਹੀ ਸੀ ਤੁਹਾਨੂੰ, ਖੁਸ਼ਪ੍ਰੀਤ ਲਿਸਨ ਟੂ ਮੀ, ਦੈਟ ਐਕਸੈਂਟ ਜਿਹੜਾ ਹੈ ਇੰਨੀ ਛੇਤੀ ਜਿਹੜਾ ਬਦਲਿਆ ਨਹੀਂ ਜਾਂਦਾ, ਤੂੰ ਜਾਣ ਕੇ ਐਕਟਿੰਗ ਕਰ ਰਹੀ ਹੈ, ਹਾਊ ਕਮ ਯੂ ਕੈਨ ਕਲੇਮ ਦੈਟ ਕਿ ਮੈਂ ਗੋਰੇ ਵਿੱਚ ਰਹਿੰਦੇ 6 ਮਹੀਨੇ ਵਿੱਚ? ਮੈਂ ਪਹਿਲਾਂ ਜਿੱਥੇ ਕੰਮ ਕਰਦੀ ਸੀ ਸਟੋਰ ਤੇ ਨਾ, ਉੱਥੇ ਨਾ ਉੱਥੇ ਵੀ ਮੋਸਟਲੀ ਕਾਲੇ ਆਉਂਦੇ ਸੀ, ਉੱਥੇ ਪੰਜਾਬੀ ਨਹੀਂ ਸੀ ਆਉਂਦੇ ਹੈਗੇ। ਸੋ ਬਟ ਅਸੀਂ 50 ਸਾਲ ਤੋਂ ਗੋਰਿਆਂ ਵਿੱਚ ਰਹਿ ਰਹੇ ਹਾਂ, ਮੈਂ ਸਾਡਾ ਐਕਸੈਂਟ ਜਿਹੜਾ ਆ ਸਾਡਾ ਬਿਲਕੁਲ ਸੇਮ ਹੈ, ਪੰਜਾਬੀ ਬੋਲਦੇ ਹਾਂ, ਪੰਜਾਬ ਤੋਂ ਆਏ ਹਾਂ, ਤੈਨੂੰ ਹਾਲੇ ਸਾਲ ਨਹੀਂ ਹੋਇਆ ਇਹਨੂੰ ਜੋ ਐਕਟਿੰਗ। ਪੰਜਾਬੀ ਤਾਂ ਬੋਲਦੀ ਪਈ ਹਾਂ, ਮੈਂ ਕਿਹੜਾ ਇੰਗਲਿਸ਼ ਬੋਲਦੀ ਪਈ ਹਾਂ? ਤੇਰੀ ਇੰਗਲਿਸ਼ ਵੀ ਇੰਨੀ ਵੀਕ ਹੈ, ਤੇਰਾ ਪ੍ਰੋਨੌਂਸੀਏਸ਼ਨ ਵੈਰੀ ਪੂਅਰ। ਮੈਂ ਬੋਲੀ ਹੋ ਨਹੀਂ ਇੰਗਲਿਸ਼ ਸਰ ਹਲੇ। ਹਾਂ ਤੇ ਨਹੀਂ ਜਿਸ ਹਿਸਾਬ ਨਾਲ ਗੱਲ ਕਰਦੀ ਹਾਂ, ਆਈ ਵਾਂਟ ਐਕਸੈਪਟ ਦੈਟ ਐਟ ਆਲ। ਤੁਸੀਂ ਇੰਗਲਿਸ਼ ਬੋਲ ਕੇ ਦਿਖਾ ਦਿਓ ਜੀ ਇੱਕ ਵਾਰੀ, ਤੁਸੀਂ ਜਿਸ ਹਿਸਾਬ ਨਾਲ ਗੱਲ ਪੰਜਾਬੀ ਚ ਬੋਲ ਰਹੀ ਹਾਂ, ਮੈਂ ਕੁਝ ਗਲਤ ਬੋਲਨੀ ਹੈ ਤੁਹਾਨੂੰ ਤਾਂ ਮੈਂ ਨੋ ਯੂ ਕੈਨ ਸਪੀਕ ਇੰਗਲਿਸ਼ ਇਫ ਯੂ ਪ੍ਰੈਫਰ ਦੈਟ, ਆਈ ਕੋ ਆਈ ਆਈ ਡੋਨਟ ਮਾਈਂਡ ਦੈਟ। ਕਮ ਆਪਾਂ ਨਾ ਗੱਲ ਤੇ ਸੀਗੇ, ਤੁਸੀਂ ਉਹ ਆਪਣੇ ਤੁਸੀਂ ਆਪਣੇ ਹਸਬੰਡ ਨੂੰ ਜਿਹੜਾ ਬਲੌਕ ਕੀਤਾ ਹੈ ਇਹਦੇ ਨਾਲ ਉਹਦਾ ਜਿਹੜਾ ਕੇਸ ਆ ਉਹ ਵੀਕ ਹੁੰਦਾ ਆ, ਕੇਸ ਜਿਹੜਾ ਹੈ ਨਾ ਵੀਕ ਹੁੰਦਾ, ਉਹਨਾਂ ਨੇ ਇਮੀਗ੍ਰੇਸ਼ਨ ਨੇ ਉਹਨਾਂ ਨੂੰ ਅਸੈਪਟ ਨਹੀਂ ਕਰਨਾ, ਕੈਨੇਡਾ ਨੂੰ ਵੀਜ਼ਾ ਇਸ਼ੂ ਨਹੀਂ ਕਰਨਾ ਕੈਨੇਡਾ ਵਾਸਤੇ, ਕਿਉਂਕਿ ਤੁਸੀਂ ਆਪਸ ਵਿੱਚ ਤੁਹਾਡਾ ਕਮਿਊਨੀਕੇਸ਼ਨ ਬੰਦ ਹੋਇਆ ਆ, ਬਲੌਕ ਕੀਤਾ ਹੋਇਆ ਆ ਇਮੀਗ੍ਰੇਸ਼ਨ ਦੇ, ਫਾਈਂਡ ਆਊਟ ਇਹ ਕਿਵੇਂ ਪ੍ਰੂਫ ਕਰੂਗਾ? ਬਲੌਕ ਨਹੀਂ ਹੈਗੇ ਸੱਚੀ ਕਹਿੰਦੇ, ਮੈਂ ਤੁਹਾਨੂੰ ਸਰ ਪਹਿਲਾਂ ਇਹਨਾਂ ਨੂੰ ਇਹ ਪੁੱਛੋ ਇਹਨਾਂ ਨੂੰ ਬੁਲਾਉਣਾ ਚਾਹੁੰਦੇ ਵੀ ਆ? ਡਾਇਰੈਕਟ ਗੱਲ ਕਰ ਖੁਸ਼ਪ੍ਰੀਤ ਨਾਲ, ਗੱਲ ਕਰ ਡਾਇਰੈਕਟ ਆਪਣੀ ਵਾਈਫ ਨਾਲ ਬੰਦੇ ਵਾਂਗੂ। ਹਾਂਜੀ ਖੁਸ਼ਪ੍ਰੀਤ ਬੋਲੋ। ਖੁਸ਼ਪ੍ਰੀਤ ਨਹੀਂ ਬੋਲੇਗੀ, ਤੂੰ ਪੁੱਛ ਕੇ ਆਹ ਪ੍ਰੋਬਲਮ ਕਿਉਂ ਆ, ਆਸਕ ਯੂਰ ਵਾਈਫ। ਤੁਹਾਡੇ ਡੈਡ ਕਹਿੰਦੇ ਆ ਮੈਂ ਅਸੀਂ ਤਲਾਕ ਲੈਣਾ ਤੁਹਾਡੇ ਤੋਂ, ਤੁਸੀਂ ਕਹਿੰਦੇ ਹੋ ਮੈਂ ਬੁਲਾਉਣਾ ਚਾਹੁੰਦੀ ਆ। ਹਨੀ ਮੈਂ ਜੇ ਬੁਲਾਉਣਾ ਚਾਹੁੰਦੀ ਮੈਂ ਤਾਂ ਹੀ ਤੁਹਾਨੂੰ ਡਾਕੂਮੈਂਟ ਭੇਜਦੀ ਆ। ਤੁਹਾਨੂੰ ਵੀ ਪਤਾ ਵਾ ਆਪਾਂ ਇੱਧਰ ਏਜੰਟ ਕੋਲੇ ਪੈਸੇ ਰੱਖੇ ਆ, ਉਹਦੇ ਪੈਸੇ ਭਰਦੇ ਆ, ਠੀਕ ਆ, ਟਾਈਮ ਤੁਹਾਡਾ ਵੀ ਖਰਾਬ ਹੁੰਦਾ, ਟਾਈਮ ਸਾਡਾ ਵੀ ਖਰਾਬ ਹੁੰਦਾ, ਠੀਕ ਆ, ਮੈਨੂੰ ਪਤਾ ਆ। ਆਪਾਂ ਕੋਈ ਘਰੇ ਆ ਕੇ ਕਹੂਗਾ ਵੀ ਆਹ ਭਾਈ ਤੁਹਾਡੀ ਜੋਬ ਆਓ ਤੁਸੀਂ, ਠੀਕ ਆ, ਅੱਗੇ ਵੀ ਤਾਂ ਆਪਾਂ ਬਾਹਰ ਨਿਕਲ ਕੇ ਟਰਾਈ ਕੀਤਾ ਤਾਂ ਹੀ ਕੰਮ ਮਿਲਿਆ ਸੀ, ਤੇ ਹੁਣ ਵੀ ਟਰਾਈ ਕਰਨਾ ਪੈਣਾ, ਤੇ ਹੁਣ ਆ 31 ਤਰੀਕ ਨੂੰ ਮੰਮਾ ਨੂੰ 4.5 ਲੱਖ ਰੁਪਇਆ ਦੇਣਾ ਜਿਹੜਾ ਉਹ ਲਿਖਿਆ ਸੀਗਾ, ਠੀਕ ਆ, ਤੇ ਹੁਣ ਤੁਸੀਂ ਕਹਿੰਦੇ 4 ਲੱਖ 4.5 ਲੱਖ ਮੈਨੂੰ ਫੀਸ ਪਾਓ, ਮੈਨੂੰ ਰੈਂਟ ਪਾਓ, ਹੁਣ ਅਸੀਂ ਦੱਸੋ ਕਿੱਧਰ ਕਿੱਧਰ ਕਿੰਨੇ ਪੈਸੇ ਪਾ ਦਈਏ, ਤੁਸੀਂ ਮੈਨੂੰ ਦੱਸ ਦਿਓ ਮੈਂ ਕਿਹਨੂੰ ਕਹਾਂ ਮੈਨੂੰ ਫੀਸ ਦੇ ਦੇਵੇ। ਇੱਕ ਹੋਲਡ ਅਸੀਂ ਪਬਲਿਕ, ਇੱਕ ਮਿੰਟ ਖੁਸ਼ਪ੍ਰੀਤ ਹੋਲਡ ਕਰਨਾ ਬੇਟਾ, ਦੂਜੇ ਪਾਸੇ ਦਿਲਜੋ ਤੁਸੀਂ ਹੋਲਡ ਰੱਖੋ, ਅਸੀਂ ਪਬਲਿਕ ਅਪੀਲ ਲੈਣੀ ਚਾਹਾਂਗੇ।